ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ। ਅੱਜ ਮੈਂ ਤੁਹਾਡੇ ਲਈ ਇੱਕ ਅਪਡੇਟ ਸ਼ੇਅਰ ਕਰਨ ਵਾਲਾ ਹਾਂ। ਔਰ ਜਿਹੜੇ ਸਟੂਡੈਂਟ ਇਸ ਵਾਰ 9ਵੀਂ ਕਲਾਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ ਮੈਰੀਟੋਰੀਅਸ ਦੇ ਵਿੱਚ, ਜਾਂ ਫਿਰ 11ਵੀਂ ਕਲਾਸ ਦੇ ਵਿੱਚ ਮੈਰੀਟੋਰੀਅਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ, ਸੋ ਉਹਨਾਂ ਦੇ ਲਈ ਸਭ ਤੋਂ ਜ਼ਰੂਰੀ ਵੀਡੀਓ ਰਹੇਗੀ। ਸੋ ਮੈਂ ਗੱਲ ਕਰਦਾ ਪੰਜਾਬ ਦੇ ਵਿੱਚ ਜਿਹੜੇ ਮੈਰੀਟੋਰੀਅਸ ਸਕੂਲ ਨੇ ਉਹਨਾਂ ਨੂੰ ਦੀ ਹੀ ਅੱਜ ਗੱਲ ਕਰਨ ਲੱਗਿਆਂ। ਮੈਰੀਟੋਰੀਅਸ ਸਕੂਲ ਦੇ ਲਈ 2025 ਦੇ ਲਈ ਐਡਮਿਸ਼ਨ ਦੇ ਲਈ ਜਿਹੜਾ ਪ੍ਰੋਸੈਸ ਆ ਅਜੇ ਉਹ ਸ਼ੁਰੂ ਨਹੀਂ ਹੋਇਆ, ਉਹਦੇ ਜਿਹੜਾ ਐਗਜ਼ਾਮ ਹੁੰਦਾ ਉਹਦੀ ਤਿਆਰੀ ਲਈ ਅਸੀਂ ਜਿਹੜਾ ਇੱਕ ਬੈਚ ਅੱਜ ਲਾਂਚ ਕਰ ਰਹੇ ਹਾਂ। ਸਾਰੀ ਡਿਟੇਲ ਅੱਜ ਤੁਹਾਨੂੰ ਇਸ ਵੀਡੀਓ ਦੇ ਥਰੂ ਦੇਣ ਵਾਲਾ ਹਾਂ। ਧਿਆਨ ਨਾਲ ਸੁਣੋ, ਜਿਹੜੇ ਇਸ ਟਾਈਮ 10th ਕਲਾਸ ਦੇ ਵਿੱਚ ਨੇ, 10ਵੀਂ ਕਲਾਸ 'ਚ ਨੇ, ਚਾਹੇ ਉਹ ਪੰਜਾਬ ਬੋਰਡ ਦੇ ਨੇ, ਚਾਹੇ ਉਹ ਸੈਂਟਰ ਬੋਰਡ ਦੇ ਨੇ, CBSE ਬੋਰਡ ਦੇ ਨੇ, ਉਹ ਦੋਨੋਂ ਹੀ ਸਟੂਡੈਂਟ ਇੱਥੇ ਤਿਆਰੀ ਕਰ ਸਕਦਾ ਹੈ, ਆ ਬੈਚ ਲੈ ਸਕਦਾ ਹੈ। ਸਾਰੀ ਚੀਜ਼ ਮੈਂ ਇਹਦੇ ਵਿੱਚ ਡਿਸਕਸ ਕਰਨ ਵਾਲਾ, ਇਕੱਲੇ ਜਿਹੜੇ ਡਾਊਟ ਆ ਤੁਹਾਡੇ ਮੈਂ ਇੱਥੇ ਆ ਕੇ ਤੁਹਾਡੇ ਸ਼ੇਅਰ ਕਰ ਦੇਵਾਂਗਾ। ਦੇਖੋ, ਸਭ ਤੋਂ ਪਹਿਲਾਂ ਪੰਜਾਬ ਮੈਰੀਟੋਰੀਅਸ ਸਕੂਲ ਜਾਂ ਸਕੂਲ ਆਫ ਐਮੀਨੈਂਸ, ਇਹਨੂੰ ਇਹ ਦੋਨਾਂ ਦੀ ਐਡਮਿਸ਼ਨ ਕੰਬਾਈਨ ਹੁੰਦੀ ਆ, ਔਰ ਇਹਦੇ ਲਈ ਇੱਕ ਐਂਟਰੈਂਸ ਟੈਸਟ ਰੱਖਿਆ ਜਾਂਦਾ ਹੈ। ਐਂਟਰੈਂਸ ਟੈਸਟ ਕੀ ਹੁੰਦਾ ਬੇਟਾ ਜੀ? ਇੱਕ ਐਗਜ਼ਾਮ ਰੱਖਿਆ ਜਾਂਦਾ, ਪੇਪਰ ਲਿਆ ਜਾਂਦਾ ਐਡਮਿਸ਼ਨ ਤੋਂ ਪਹਿਲਾਂ। ਅਤੇ ਉਹਦੇ ਲਈ ਅਸੀਂ ਇੱਕ ਬੈਚ ਜਿਹੜਾ ਲਾਂਚ ਕਰ ਚੁੱਕੇ ਹਾਂ ਅੱਜ ਹੀ, ਰਿਕਾਰਡਡ ਬੈਚ। ਉਹਦੇ ਨਾਲ ਰਿਕਾਰਡਰ ਮਿਲੇਗਾ, ਪਲੱਸ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਲਾਈਵ ਮਿਲੇ ਤਾਂ ਤੁਸੀਂ ਲਾਈਵ ਬੈਚ ਵੀ ਇੱਥੇ ਆ ਕੇ ਆਪਣਾ ਲੈ ਸਕਦੇ ਹੋ। ਗੱਲ ਕਰੇ ਸਾਡੇ ਨਾਲ ਸ਼ੁਰੂ ਕਰੋ ਆਪਣੀ ਤਿਆਰੀ, ਤਾਂ ਸੋ ਮੈਂ ਹੀ ਕਹਿਣਾ ਕਿ ਸਾਡੇ ਨਾਲ ਆਓ ਆਪਣੀ ਤਿਆਰੀ ਸ਼ੁਰੂ ਕਰੋ। ਸਾਰੀ ਡਿਟੇਲ ਮੈਂ ਇਸ ਵੀਡੀਓ ਦੇ ਵਿੱਚ ਦੱਸਣ ਵਾਲਾ। ਬੈਚ ਨੂੰ ਤੁਸੀਂ ਜੁਆਇਨ ਕਰ ਲਓ, ਕਿੰਨੇ ਰੁਪੀਸ ਦਾ ਹੈ, ਕਿੰਨੇ ਪੈਸਿਆਂ ਦਾ ਇਹ ਬੈਚ ਤੁਹਾਨੂੰ ਮਿਲੇਗਾ, ਸਾਰੀ ਚੀਜ਼ ਡਿਸਕਸ ਕਰਨ ਵਾਲਾ। ਇਸ ਨੰਬਰ 'ਤੇ ਜਾ ਕੇ ਆਪਣੀ ਇਨਕੁਆਇਰੀ ਸ਼ੇਅਰ ਕਰ ਸਕਦੇ ਹੋ। ਵਟਸਐਪ ਮੈਸੇਜ ਕਰ ਦੇਣਾ, ਓਨਲੀ ਵਟਸਐਪ ਮੈਸੇਜ ਕਰ ਦੇਣਾ ਬੇਟਾ ਜੀ। ਚਲੋ ਜੀ, ਗੱਲ ਕਰੀਏ, ਸਭ ਤੋਂ ਪਹਿਲਾਂ ਆਪਣੇ ਕੋਲ ਹੈ ਮੈਰੀਟੋਰੀਅਸ ਸਕੂਲ। ਮੈਰੀਟੋਰੀਅਸ ਸਕੂਲ ਦੀ ਐਡਮਿਸ਼ਨ 2025-26 ਦੀ ਗੱਲ ਕਰਦੇ ਹਾਂ ਨਾ, 24-25 ਦੀ, ਜਿਹੜਾ ਕਿ 24-25 ਸੈਸ਼ਨ ਚੱਲ ਰਿਹਾ। ਪ੍ਰਪਰੇਸ਼ਨ ਬੈਚ ਆ ਜਿਹੜਾ 25-26 ਦੇ ਵਿੱਚ ਸੈਸ਼ਨ ਦੇ ਵਿੱਚ ਤੁਸੀਂ ਐਡਮਿਸ਼ਨ ਲਓਗੇ, ਉਹਦੀ ਐਂਟਰੈਂਸ ਟੈਸਟ ਦੀ ਤੁਸੀਂ ਤਿਆਰੀ ਕਰੋਗੇ। ਉਹਦੇ ਵਿੱਚ ਅਸੀਂ ਕੀ ਪ੍ਰੋਵਾਈਡ ਕਰ ਰਹੇ ਹਾਂ, ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਫੁੱਲ ਸਿਲੇਬਸ ਕਵਰ ਕਰਾਂਗੇ, ਜਿਹੜਾ ਪਿਛਲੇ ਸਾਲ ਸਾਡਾ ਕਾਫੀ ਅੱਛਾ ਰਿਜ਼ਲਟ ਰਿਹਾ, ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਜਿਹੜਾ ਬੱਚੇ ਸਿਲੈਕਟ ਹੋਏ ਨੇ। ਉਸ ਤੋਂ ਬਾਅਦ ਇੰਗਲਿਸ਼ ਅਤੇ ਪੰਜਾਬੀ ਮੀਡੀਅਮ, ਇਹ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਵਿੱਚ ਮਿਲੇਗਾ। ਲਾਈਵ ਅਤੇ ਰਿਕਾਰਡਰ ਦੋਨੋਂ ਹੀ, ਲਾਈਵ ਅਤੇ ਰਿਕਾਰਡਰ ਤੁਹਾਨੂੰ ਦੋਨੋਂ ਹੀ ਤਰ੍ਹਾਂ ਦੇ ਜਿਹੜੇ ਆ ਇਹਦੇ ਵਿੱਚ ਕੰਟੈਂਟ ਮਿਲੇਗਾ, ਵੀਡੀਓਜ਼ ਮਿਲਣਗੀਆਂ, ਤੁਸੀਂ ਤਿਆਰੀ ਕਰ ਸਕਦੇ ਹੋ। ਮਟੀਰੀਅਲ ਮਿਲੇਗਾ ਔਰ PDF ਪ੍ਰੋਵਾਈਡ ਕੀਤੇ ਜਾਣਗੇ, ਜਿਸ ਦੇ ਥਰੂ ਅਸੀਂ ਬੇਟਾ ਜੀ ਪੜ੍ਹਾਉਣੇ ਆ ਉਹਦਾ ਤੁਹਾਨੂੰ PDF ਮਿਲੇਗਾ, ਔਰ ਐਕਸਟਰਾ ਜੋ ਵੀ ਰਹਿੰਦਾ ਆ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਸੋ ਔਨਲਾਈਨ ਬੈਚ ਸਾਡਾ ਤੁਸੀਂ ਔਨਲਾਈਨ ਬੈਚ ਜੁਆਇਨ ਕਰ ਸਕਦੇ ਹੋ। ਦੇਖੋ, ਜੇ ਮੈਂ ਗੱਲ ਕਰਾਂ ਇਹਦੀ ਫੀਸ ਕਿੰਨੀ ਆ, ਅਪ ਟੂ ਐਗਜ਼ਾਮ, ਜਿਹੜੀ ਅਪ ਟੂ ਐਗਜ਼ਾਮ ਆ, ਅਪ ਟੂ ਐਗਜ਼ਾਮ ਤੁਸੀਂ 999 ਦੇ ਵਿੱਚ ਆਪਣੇ 999 ਰੁਪਈਆਂ ਦੇ ਵਿੱਚ ਆਪਣਾ ਜਿਹੜਾ ਬੈਚ ਲੈ ਸਕਦੇ ਹੋ। ਇਹ ਉਹ ਸਟੂਡੈਂਟ ਆ ਜਿਹੜੇ ਇਹਦੇ ਵਿੱਚ ਰਿਕਾਰਡਰ ਵੀ ਮਿਲੇਗਾ ਉਹਨਾਂ ਨੂੰ, ਠੀਕ ਆ, ਜਿਨ੍ਹਾਂ ਨੂੰ ਪਿਛਲੇ ਸਾਰੇ ਲੈਕਚਰ ਮਿਲ ਜਾਣਗੇ ਜਿਹੜੇ ਪਿਛਲੇ ਸਾਲ ਹੋਏ ਨੇ। ਉਸ ਤੋਂ ਬਾਅਦ ਜਿਹੜੇ ਨਵੇਂ ਚੱਲਣਗੇ ਨਵੇਂ ਵੀ ਲੈ ਸਕਦੇ ਆ। ਦੋਨੋਂ ਹੀ ਇੱਥੇ ਕੀ ਆ, ਦੋਨੋਂ ਤਰ੍ਹਾਂ ਦੇ ਇੱਥੇ ਤੁਹਾਨੂੰ ਫੈਸਿਲਿਟੀਜ਼ ਮਿਲ ਰਹੀਆਂ, ਪੁਰਾਣੇ ਲੈਕਚਰ ਵੀ ਮਿਲੇ, ਨਵੇਂ ਲੈਕਚਰ ਵੀ ਮਿਲੇ। ਕਿੰਨੇ ਰੁਪਈਆਂ ਦੇ ਵਿੱਚ? 999 ਰੁਪਈਆਂ ਦੇ ਵਿੱਚ। ਕਿੰਨੇ ਟਾਈਮ ਦੇ ਲਈ? ਵੈਲਿਡਿਟੀ ਕੋਈ ਨਹੀਂ, ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਹੁੰਦਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਕੂਲ ਆਫ ਐਮੀਨੈਂਸ, ਸੇਮ ਸਕੂਲ ਆਫ ਐਮੀਨੈਂਸ ਆ, ਉਹਦਾ ਵੀ ਐਂਟਰੈਂਸ ਟੈਸਟ ਹੁੰਦਾ ਹੈ, ਪ੍ਰਪਰੇਸ਼ਨ ਬੈਚ ਆ, ਸੇਮ ਉਹਦਾ ਆ।
ਫੁੱਲ ਸਿਲੇਬਸ ਕਵਰ ਕਰਾਂਗੇ ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ। ਲਾਈਵ ਰਿਕਾਰਡਡ ਕਲਾਸਾਂ ਰਹਿਣਗੀਆਂ, ਮਟੀਰੀਅਲ ਅਤੇ PDF ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਬੈਚ ਅੱਜ ਹੀ ਜਾ ਕੇ ਤੁਸੀਂ ਜੁਆਇਨ ਕਰੋ, ਇਹ ਨੰਬਰ 'ਤੇ ਜਾ ਕੇ ਵਟਸਐਪ ਕਰ ਦਿਓ ਔਰ ਜੋ ਵੀ ਇਨਫੋਰਮੇਸ਼ਨ ਆ ਸਾਡੇ ਨਾਲ ਸ਼ੇਅਰ ਕਰ ਦਿਓ। ਇਹ ਦੇਖ ਲਓ ਪੂਰੇ ਸਾਲ ਦੀ ਫੀਸ, ਬਹੁਤ ਘੱਟ ਫੀਸ ਆ ਬੇਟਾ ਜੀ, ਪੂਰੇ ਸਾਲ ਦੀ, ਕੋਈ ਜ਼ਿਆਦਾ ਫੀਸ ਨਹੀਂ ਹੈਗੀ, ਬਹੁਤ ਘੱਟ ਫੀਸ ਆ, ਮੈਂ ਵਾਰ ਵਾਰ ਕਹਿ ਰਿਹਾ। ਚਲੋ ਜੀ ਧਿਆਨ ਮਾਰੋ, ਇੱਥੇ ਥੋੜ੍ਹਾ ਜਿਹਾ ਨਜ਼ਰ ਮਾਰੋ ਕੀ ਕਹਿੰਦੇ ਆ ਜੀ ਆਪਾਂ ਇੰਟਰੋ ਔਰ ਔਨਲਾਈਨ ਰਿਕਾਰਡਰ ਬੈਚ ਕਹਿੰਦੇ ਸੀ। ਅਸੀਂ ਇੰਟਰੋਡਕਸ਼ਨ ਦੇਣ ਲੱਗੇ ਹਾਂ ਇਸ ਬੈਚ ਦੀ, ਸਕੂਲ ਆਫ ਐਮੀਨੀਅਤ ਅਤੇ ਸਕੂਲ ਆਫ ਮੈਰੀਟੋਰੀਅਸ। ਚਲੋ ਇਹਦੀ ਇੰਟਰੋਡਕਸ਼ਨ ਕੀ ਹੈ, ਸਭ ਤੋਂ ਪਹਿਲਾਂ ਅਸੀਂ ਕੰਟੈਂਟ ਤੁਹਾਨੂੰ ਕੀ ਪ੍ਰੋਵਾਈਡ ਕਰਾਂਗੇ। ਹੁਣ ਤੁਹਾਡਾ ਸਵਾਲ ਰਹੇਗਾ ਕਿ ਸਰ ਤੁਸੀਂ ਸਾਨੂੰ ਬੈਚ ਦੇ ਰਹੇ ਹੋ, ਸਾਨੂੰ ਨਹੀਂ ਨਾ ਪਤਾ ਤੁਸੀਂ ਕੀ ਕਰਾ ਰਹੇ ਹੋ। ਤਾਂ ਇਹ ਕੁਐਸਚਨ ਅਗਰ ਤੁਸੀਂ ਕਿਤੇ ਵੀ ਤਿਆਰੀ ਕਰਦੇ ਹੋ, ਕੁਐਸਚਨ ਪੁੱਛ ਸਕਦੇ ਹੋ ਕਿ ਸਾਨੂੰ ਤੁਸੀਂ ਕੀ ਕੁਛ ਪ੍ਰੋਵਾਈਡ ਕਰਦੇ ਹੋ। ਸਭ ਤੋਂ ਪਹਿਲਾਂ ਤਾਂ ਰਿਕਾਰਡਡ ਕਲਾਸਾਂ ਰਹਿਣਗੀਆਂ ਬੇਟਾ ਜੀ, ਫਿਰ ਫੁੱਲ ਸਿਲੇਬਸ ਇਹਦੇ ਵਿੱਚ ਕਵਰ ਕੀਤਾ ਜਾਏਗਾ, ਬਿਲਕੁਲ ਕੀਤਾ ਜਾਏਗਾ ਜੀ, ਕੋਈ ਦੋ ਰਾਏ ਨਹੀਂ ਹੈ, ਫੁੱਲ ਸਿਲੇਬਸ ਕਵਰ ਕੀਤਾ ਜਾਏਗਾ। ਪਿਛਲੇ ਸਾਲ ਅਸੀਂ ਇੱਕ ਮੰਥ ਦੇ ਵਿੱਚ, ਸਾਰਾ ਸਿਲੇਬਸ ਕਵਰ ਕਰਤਾ ਸੀ ਔਰ ਮੈਂ ਸੋਚਿਆ ਕਿ ਇਸ ਬਾਰੇ ਜ਼ਿਆਦਾ ਬੱਚੇ ਆ ਜਿਹੜੇ ਅਵੇਅਰ ਹੋ ਜਾਣਗੇ ਇਸ ਚੀਜ਼ ਨੂੰ ਲੈ ਕੇ। ਔਰ ਇਹ ਵੀ ਚੀਜ਼ ਹੈ ਕਿ ਜੇ ਸਿਲੇਬਸ ਟਾਈਮਲੀ ਕਵਰ ਕੀਤਾ ਜਾਏਗਾ ਸੋ ਉਹਨਾਂ ਨੂੰ ਆਪਣੀ ਪ੍ਰੈਕਟਿਸ ਕਰਨ ਦਾ ਵੀ ਮੌਕਾ ਮਿਲੇਗਾ। ਉਸ ਤੋਂ ਬਾਅਦ ਸਟੱਡੀ ਮਟੀਰੀਅਲ ਜੋ ਵੀ ਅਸੀਂ ਕਲਾਸਰੂਮ ਦੇ ਵਿੱਚ ਯੂਜ਼ ਕਰਦੇ ਹਾਂ ਜਾਂ ਫਿਰ PDF ਦੇ ਥਰੂ ਅਸੀਂ ਟੀਚ ਕਰਦੇ ਹਾਂ, ਸੋ ਉਹ ਸਾਰਾ PDF ਤੁਹਾਨੂੰ ਇੱਥੇ ਮਿਲੇਗਾ। ਔਰ ਇੱਕ ਚੀਜ਼ ਹੋਰ, ਇਹਦੇ ਵਿੱਚ ਮੌਕ ਟੈਸਟ ਵੀ ਮਿਲਣਗੇ ਤੁਹਾਨੂੰ। ਮੌਕ ਟੈਸਟ ਕਿੱਦਾਂ ਦਾ ਬੇਟਾ, ਜੋ ਕਲਾਸ ਦੇ ਵਿੱਚ ਪੜ੍ਹਾਇਆ ਜਾ ਰਿਹਾ ਜਾਂ ਫਿਰ ਲੱਗਦਾ ਹੈ ਕਿ ਇਹ ਪੇਪਰ ਦੇ ਵਿੱਚ ਆਇਆ ਹੈ, ਉਹਨੂੰ ਕਨਕਲੂਡ ਕਰਕੇ ਇੱਕ ਅਸੀਂ ਮੌਕ ਟੈਸਟ ਰੱਖਦੇ ਹਾਂ। ਮੌਕ ਟੈਸਟ ਵੀ ਲਏ ਜਾਣਗੇ, ਬਿਲਕੁਲ ਐਂਡ ਦੇ ਵਿੱਚ ਮੌਕ ਟੈਸਟ ਹੁੰਦੀ ਹੈ, ਪਰ ਆਪਾਂ ਥੋੜ੍ਹੇ ਥੋੜ੍ਹੇ ਨਾਲ ਜਿਵੇਂ ਤੁਹਾਡੀਆਂ ਅੱਜ ਦੇ ਸਕੂਲਿੰਗ ਚੱਲ ਰਹੀ ਆ, ਮੈਂ ਜ਼ਿਆਦਾ ਅਫੈਕਟ ਨਹੀਂ ਕਰੂੰਗਾ ਸਕੂਲਿੰਗ ਨੂੰ, ਆਪਾਂ ਹਫ਼ਤੇ ਦੇ ਵਿੱਚ 2 ਜਾਂ 3 ਕਲਾਸਾਂ ਲਗਾਉਣ ਦੀ ਕੋਸ਼ਿਸ਼ ਕਰਾਂਗੇ ਲਾਈਵ ਵਾਲੀ। ਇੱਥੇ MCQ ਪ੍ਰੈਕਟਿਸ ਕਰਵਾਈ ਜਾਏਗੀ ਚੈਪਟਰ ਵਾਈਜ਼, ਜਿਵੇਂ ਚੈਪਟਰ ਚੱਲ ਰਹੇ ਨੇ ਉਹਦੇ ਅਕੋਰਡਿੰਗ ਹੀ MCQ ਦੀ ਤੁਹਾਨੂੰ ਤਿਆਰੀ ਕੀਤੀ ਹੈ। ਇਹ ਪੂਰਾ ਕੰਟੈਂਟ ਅਸੀਂ ਕਰਵਾ ਰਹੇ ਹਾਂ, ਧਿਆਨ ਨਾਲ ਅੱਜ ਵੀ ਕਹਿ ਰਹੇ ਹਾਂ, ਜਿਹੜੇ ਬੱਚੇ ਵਾਕਈ ਤਿਆਰੀ ਕਰਨਾ ਚਾਹੁੰਦੇ ਆ ਹੁਣ ਉੱਤੋਂ ਕਰ ਦਿਉ, ਕਿਉਂਕਿ ਤੁਹਾਡੇ ਐਗਜ਼ਾਮ ਦੇ ਵਿੱਚ ਵੀ ਉਹੀ ਚੀਜ਼ਾਂ ਆਪਾਂ ਪੜ੍ਹਨੀਆਂ, ਉਹੀ ਚੀਜ਼ਾਂ ਐਗਜ਼ਾਮ ਦੇ ਵਿੱਚ ਪੜ੍ਹਨੀਆਂ ਜਿਹੜਾ ਤੁਹਾਡੇ ਆਪਦੇ ਐਗਜ਼ਾਮ ਆ, ਤਾਂ ਦੋਨਾਂ ਲਈ ਫਾਇਦੇ ਵਾਲੀ ਗੱਲ ਆ। ਸੁਣੋ ਪਹਿਲਾਂ ਫਾਇਦਾ ਕੀ ਹੋਏਗਾ, ਜਿਹੜਾ ਤੁਸੀਂ ਅਸੀਂ ਪੜ੍ਹਾਵਾਂਗੇ ਉਹ ਤੁਹਾਡੀ ਜਿਹੜੀ ਸਟੱਡੀ ਚੱਲ ਰਹੀ ਹੈ ਉਹਦੇ ਨਾਲ ਹੋਏਗਾ ਔਰ ਤੁਹਾਨੂੰ ਦੋਨੋਂ ਸਾਈਡ ਫਾਇਦਾ ਹੋਏਗਾ, ਨਾਲ ਤੁਹਾਡੀ ਉਹਦੀ ਵੀ ਤਿਆਰੀ ਹੋ ਜਾਏਗੀ ਅਤੇ ਨਾਲ ਮੈਰੀਟੋਰੀਅਸ ਦੀ ਵੀ ਤਿਆਰੀ ਹੋ ਜਾਏਗੀ। ਚਲੋ ਜੀ, ਹੁਣ ਸਭ ਤੋਂ ਵੱਡਾ ਸਵਾਲ ਰਹਿੰਦਾ ਲੈਂਗੁਏਜ ਨੂੰ ਲੈ ਕੇ, ਸਰ ਵੀ ਤੁਸੀਂ ਲੈਂਗੁਏਜ ਕਿਹੜੀ, ਹੁਣ ਕਹਿਣਗੇ ਅਸੀਂ ਸਰ ਪੰਜਾਬ ਬੋਰਡ ਦੇ ਹਾਂ, ਹੈ ਨਾ, ਬਹੁਤ ਸਾਰੇ ਕਹਿਣਗੇ ਸਰ ਅਸੀਂ ਪੰਜਾਬ ਬੋਰਡ ਦੇ ਹਾਂ, ਸਰ ਤਾਂ ਅਸੀਂ ਤਾਂ ਪੰਜਾਬੀ ਵਿੱਚ ਸਿਲੇਬਸ ਕਰਦੇ ਹਾਂ, ਕਿ ਸਾਨੂੰ ਪੰਜਾਬੀ ਮਿਲੇਗੀ? ਯੈਸ ਮਿਲੇਗੀ। ਹੁਣ ਕਹਿੰਦੇ ਜੀ ਕਈ ਬੋਲਦੇ CBSE ਬੋਰਡ ਆ ਜੀ, ਅਸੀਂ ਇੰਗਲਿਸ਼ ਮੀਡੀਅਮ ਦੇ ਆ, ਸੋ ਉਹ ਵੀ ਟੈਨਸ਼ਨ ਆ ਰਹੇ ਨੇ, ਉਹਨਾਂ ਨੂੰ ਵੀ ਇੰਗਲਿਸ਼ ਮੀਡੀਅਮ ਮਿਲੇਗਾ, ਇੰਗਲਿਸ਼ ਦੇ ਵਿੱਚ ਕੰਟੈਂਟ ਮਿਲੇਗਾ, ਪੰਜਾਬੀ ਐਂਡ ਇੰਗਲਿਸ਼ ਦੋਨੋਂ ਹੀ ਅਸੀਂ ਇਹਦੇ ਵਿੱਚ ਕੰਟੈਂਟ ਪ੍ਰੋਵਾਈਡ ਕਰਵਾਉਣੇ ਹਾਂ। ਸਭ ਤੋਂ ਪਹਿਲਾਂ ਦੇਖੋ ਬਾਈਲੈਂਗੁਅਲ ਦਾ ਮਤਲਬ ਕੀ ਆ, ਇੱਥੇ ਇੰਗਲਿਸ਼ ਪਲੱਸ ਪੰਜਾਬੀ ਦੋਨੋਂ ਹੀ ਮੋਡ ਦੇ ਥਰੂ ਪੜ੍ਹਾਇਆ ਜਾਏਗਾ। ਬਾਈਲੈਂਗੁਅਲ ਨੋਟਸ ਰਹਿਣਗੇ, PDFs ਰਹਿਣਗੇ, ਸਮਝ ਲੱਗੀ, ਦੋਨੋਂ ਹੀ ਭਾਸ਼ਾ ਦੇ ਵਿੱਚ ਰਹਿਣਗੇ। PYQ MCQ ਬਾਈਲੈਂਗੁਅਲ ਰਹਿਣਗੇ, ਮੰਨ ਲਓ ਕਿ ਤੁਸੀਂ ਕਹਿੰਦੇ ਹੋ ਸਰ ਅਸੀਂ ਤਾਂ MCQ ਕਰਨਾ ਚਾਹੁੰਦੇ ਸੀ, ਤੁਸੀਂ ਤਾਂ ਸਾਨੂੰ ਇੰਗਲਿਸ਼ ਦੇ ਵਿੱਚ ਦੇ ਤਾ, ਅਸੀਂ ਤਾਂ ਪੰਜਾਬੀ ਮੀਡੀਅਮ ਦੇ ਹਾਂ, ਤਾਂ ਸੋ ਇਹਦੀ ਟੈਨਸ਼ਨ ਨਾ ਲਓ, ਦੋਨੋਂ ਹੀ ਮੋਡ ਦੇ ਵਿੱਚ ਜਾਂ ਮੀਡੀਅਮ ਦੇ ਵਿੱਚ ਤੁਹਾਨੂੰ ਇਹ ਕੰਟੈਂਟ ਆ ਜਿਹੜਾ ਮਿਲੇਗਾ, MCQ ਹੋਵੇ, ਕਲਾਸ ਹੋਵੇ ਜਾਂ ਫਿਰ ਨੋਟਸ ਹੋਣ, ਸਾਰੀਆਂ ਚੀਜ਼ਾਂ ਤੁਹਾਨੂੰ ਦੋਨੋਂ ਹੀ ਭਾਸ਼ਾ ਵਿੱਚ ਮਿਲਣਗੀਆਂ। ਔਨਲਾਈਨ ਆਫਲਾਈਨ ਐਗਜ਼ਾਮ, ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਐਗਜ਼ਾਮ ਆ ਉਹ ਆਫਲਾਈਨ ਹੋਣ ਜਾ ਰਿਹਾ, ਪਿਛਲੇ ਸਾਲ ਆਫਲਾਈਨ ਹੋਇਆ ਸੀ,
ਜਿਹੜੀ ਲਾਸਟ ਜਿਹੜਾ ਲਾਸਟ ਇਗਜ਼ਾਮ ਹੋਇਆ 31 ਮਾਰਚ ਨੂੰ ਹੋਇਆ। ਸੋ ਮੈਨੂੰ ਲੱਗਦਾ ਨਿਊ ਸੈਸ਼ਨ ਦਾ ਜਿਹੜਾ ਚੱਲ ਰਿਹਾ ਆਪਣੇ 25 ਦੇ ਵਿੱਚ, ਉਹ ਵੀ ਕਦੋਂ ਹੋਏਗਾ? ਮਾਰਚ ਦੇ ਵਿੱਚ ਹੀ ਹੋਏਗਾ 31 ਨੂੰ। ਤਾਂ ਮੈਂ ਕਹਿਣਾ ਚਾਹੁੰਦਾ ਹਾਂ ਨਾਲ ਨਾਲ ਤੁਹਾਡੀ ਆਪਣੀ ਕਲਾਸ ਦੀ ਵੀ ਤਿਆਰੀ ਚੱਲਦੀ ਰਹੇ, ਨਾਲ ਨਾਲ ਮੈਰੀ ਟੂਰਿਸਟ ਦੀ ਵੀ ਤਿਆਰੀ ਚੱਲਦੀ ਰਹੇ। ਕਿਉਂਕਿ ਬੇਟਾ ਪੇਪਰਾਂ ਦੇ ਵਿੱਚ ਜਦੋਂ ਇਹ ਆਉਂਦਾ ਨਾ, ਮੈਂ ਜਦੋਂ ਸ਼ੁਰੂ ਕੀਤਾ ਸੀ ਬੈਚ ਫਰਵਰੀ ਦੇ ਵਿੱਚ, ਤਾਂ ਉਦੋਂ ਪੇਪਰ ਚੱਲ ਰਹੇ ਸੀ, ਤਾਂ ਮੈਨੂੰ ਇਹ ਲੱਗਿਆ ਕਿ ਯਾਰ ਬੱਚਿਆਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਇਹ ਚੀਜ਼। ਸੋ ਅਸੀਂ ਲੇਟ ਹੋਏ, ਇਸ ਕਰਕੇ ਅਸੀਂ ਪਹਿਲਾਂ ਸ਼ੁਰੂ ਕਰਤਾ, ਕਿਉਂਕਿ ਹਲਕੀ ਹਲਕੀ ਤਿਆਰੀ ਬੱਚੇ ਹੁਣ ਤੋਂ ਹੀ ਸਟਾਰਟ ਕਰਨ ਲੱਗ ਜਾਣ। ਚਲੋ ਜੀ, ਟਾਈਮਿੰਗ ਆਫ ਕਲਾਸ, ਪਹਿਲੀ ਗੱਲ ਬੇਟਾ ਜੀ, ਜਿਹੜੇ ਤਾਂ ਰਿਕਾਰਡਰ ਲੈਕਚਰ ਨੇ, ਧਿਆਨ ਨਾਲ ਸੁਣੋ, ਜਿਹੜੇ ਰਿਕਾਰਡਰ ਲੈਕਚਰ ਨੇ ਉਹ ਤੁਸੀਂ ਕਦੋਂ ਮਰਜ਼ੀ ਲਗਾ ਸਕਦੇ ਹੋ, ਔਰ ਉਸਦੇ ਨਾਲ ਜਿਹੜੀਆਂ ਫਲੈਕਸੀਬਲ ਟਾਈਮਿੰਗ ਰਹੇਗਾ। ਔਰ ਉਸਦੇ ਨਾਲ ਗੱਲ ਕਰੀਏ ਕਿ ਜਿਹੜੇ ਸਾਡੇ ਔਨਲਾਈਨ ਲਾਈਵ ਲੈਕਚਰ ਰਹਿਣਗੇ, ਠੀਕ ਆ, ਲਾਈਵ ਲੈਕਚਰ ਰਹਿਣਗੇ, ਧਿਆਨ ਨਾਲ ਸੁਣੋ, ਉਹਦਾ ਆਪਾਂ ਟਾਈਮਿੰਗ ਸਟੂਡੈਂਟਾਂ ਨਾਲ ਮਿਲ ਕੇ ਸ਼ਾਮੀ ਦਾ ਰੱਖਾਂਗੇ। ਹਫ਼ਤੇ ਦੇ ਵਿੱਚ 2 ਜਾਂ 3 ਕਲਾਸਾਂ ਹੀ ਲਗਾਵਾਂਗੇ, ਕਿਉਂਕਿ ਟਾਈਮ ਬਹੁਤ ਆਪਣੇ ਕੋਲ, ਸਿਲੇਬਸ ਬਹੁਤ ਘੱਟ ਹੁੰਦਾ, ਪਰ ਉਸਦੇ ਅਕੋਰਡਿੰਗ ਚੱਲਾਂਗੇ, ਔਰ ਕਲਾਸਾਂ ਵੀ ਬਹੁਤ ਅੱਛੀਆਂ ਆਪਾਂ ਕਰਾਂਗੇ। ਔਰ ਸਭ ਤੋਂ ਵੱਡਾ ਜਿਹੜਾ ਬੱਚਿਆਂ ਦਾ ਸਵਾਲ ਰਹਿੰਦਾ, ਸਰ ਅਸੀਂ ਕਿਹੜੀ ਟੈਕਸਟ ਬੁੱਕ ਲਈਏ ਜਾਂ ਕਿਹੜੀ ਬੁੱਕ ਤੋਂ ਅਸੀਂ ਤਿਆਰੀ ਕਰੀਏ? ਤਾਂ ਮੈਂ ਤੁਹਾਨੂੰ ਕੋਈ ਵੀ ਇਸ ਟਾਈਮ ਰੈਕਮੈਂਡ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਪਹਿਲਾਂ ਤੁਸੀਂ ਬੈਚ ਲੈ ਰਹੇ ਹੋ, ਔਰ ਬੈਚ ਦੇ ਵਿੱਚ ਤੁਹਾਨੂੰ PDF ਅਤੇ ਨੋਟ ਮਿਲ ਰਹੇ ਨੇ ਪਰਫੈਕਟਲੀ, ਦੋਨੋਂ ਹੀ ਤਰ੍ਹਾਂ ਦੇ ਮਿਲ ਰਹੇ ਨੇ, ਫਿਰ ਬੁੱਕ ਲੈਣ ਦਾ ਕੋਈ ਮਤਲਬ ਹੀ ਨਹੀਂ। ਤੁਹਾਨੂੰ MCQ ਪ੍ਰੈਕਟਿਸ ਲਈ ਮਿਲ ਰਹੇ ਨੇ, ਤਾਂ ਸੋ ਬੈਚ ਦੇ ਵਿੱਚ ਸਭ ਕੁਛ ਮਿਲ ਰਿਹਾ, ਫਿਰ ਬੁੱਕ ਦੇ ਪੈਸਾ ਐਵੇਂ 500 ਜਾਂ 600 ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਬੇਟਾ ਫਿਲਹਾਲ ਦੇ ਟਾਈਮ। ਅਗਰ ਮੈਨੂੰ ਲੱਗਿਆ ਵੀ ਇਹ ਚੀਜ਼ਾਂ, ਤਾਂ ਉਹ ਚੀਜ਼ਾਂ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ। ਕੋਸ਼ਿਸ਼ ਕਰੂੰਗਾ ਕਿ ਇਸ ਵਾਰ ਜਿਹੜੇ ਨਵੇਂ ਸਟੂਡੈਂਟਾਂ ਨੂੰ ਹਾਰਡ ਕਾਪੀ ਵੀ, ਇੱਕ ਅਸੀਂ ਬੁੱਕ ਲਾਂਚ ਕਰਾਂਗੇ, ਉਹਦੀ ਹਾਰਡ ਕਾਪੀ ਵੀ ਮਿਲ ਜੇ, ਪਰ ਹਜੇ ਤਾਂ ਉਹਦੇ ਟਾਈਮ ਲੱਗਦੀ ਆ। ਹੁਣ ਤੁਸੀਂ ਕਹੋਗੇ ਸਰ ਇਹ ਚੀਜ਼ ਸਾਨੂੰ ਤੁਸੀਂ ਦੱਸਤੀ, ਹੁਣ ਸਾਨੂੰ ਇਹ ਵੀ ਦੱਸ ਦਿਓ ਕਿੱਥੋਂ ਕਿੱਥੋਂ ਕਿਵੇਂ ਮਿਲੇਗਾ? ਮੈਰੀਟੋਰੀਅਸ ਬੈਚ ਆ, ਸਾਡੀ ਐਪ ਆ, ਐਪ ਨੂੰ ਤੁਸੀਂ ਡਾਊਨਲੋਡ ਕਰੋਗੇ, ਉਹਦਾ ਲਿੰਕ ਅਸੀਂ ਪ੍ਰੋਵਾਈਡ ਕਰਾਂਗੇ, ਠੀਕ ਹੈ। ਔਰ ਉਸਦੇ ਵਿੱਚ 110 ਲੈਕਚਰ ਪਏ ਨੇ, ਠੀਕ ਹੈ, ਔਰ ਬੈਚ ਤੁਸੀਂ ਦੇਖ ਸਕਦੇ ਹੋ, ਪੂਰਾ ਬੈਚ ਆ। ਉਹਦੇ ਵਿੱਚ ਕਲਾਸਾਂ ਵੀ ਲਾਈਵ ਰਿਕਾਰਡਡ ਕਲਾਸਾਂ ਇਸ ਤਰ੍ਹਾਂ ਮਿਲਣਗੀਆਂ ਤੁਹਾਨੂੰ ਮੈਥ ਦੀਆਂ, ਠੀਕ ਹੈ, ਰੀਜਨਿੰਗ ਦੀਆਂ, ਮੈਰੀਟੋਰੀਅਸ ਹੋ ਗਿਆ, ਸਾਇੰਸ ਦੀਆਂ ਕਲਾਸਾਂ ਹੋਣਗੀਆਂ, ਸਾਰਾ ਕੁਛ ਇਹਦੇ ਵਿੱਚ ਮਿਲ ਰਿਹਾ। ਜਿਵੇਂ ਮੈਥ ਦੇ ਵਿੱਚ ਹੋ ਗਿਆ, ਇਹਦੇ ਵਿੱਚ ਟੈਸਟ ਹੋ ਗਏ ਬੇਟਾ ਜੀ, ਇਹ ਆਪਣੇ ਕੋਲ ਟੈਸਟ ਆ, SST ਦੇ ਟੈਸਟ ਆ, ਪੰਜਾਬੀ ਦੇ ਟੈਸਟ ਆ, ਇਹਦੇ ਵਿੱਚ ਕੈਮਿਸਟਰੀ ਦੇ ਹੋ ਗਏ ਨਾ, ਸਾਇੰਸਿਸ ਦੇ ਪੂਰੇ ਜਿਹੜੇ ਆ ਨੋਟਸ, ਸੋਰੀ, ਆਪਣੇ ਕੋਲ ਟੈਸਟ ਨੇ। ਉਸ ਤੋਂ ਬਾਅਦ ਤੁਹਾਨੂੰ PDF ਜਿਹੜਾ ਮਿਲੇਗਾ, ਜਿਵੇਂ ਹਿਸਟਰੀ ਦਾ ਅਸੀਂ ਪੜ੍ਹਾਇਆ, ਕਲਾਸ 1, ਕਲਾਸ 2, ਕਲਾਸ 3, ਹੈ ਨਾ, ਇਸ ਕਰਕੇ ਸਾਰੇ PDF ਤੁਹਾਨੂੰ ਅਵੇਲੇਬਲ ਰਹਿੰਦੇ ਆ ਐਪ ਦੇ ਵਿੱਚ, ਐਪ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਸੋ ਉਮੀਦ ਕਰਦਾ ਕਿ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਗੱਲ ਕਰੀਏ ਫਿਰ ਤੋਂ ਆਪਣੇ ਜਿਹੜਾ ਕੰਟੈਂਟ ਜਿਹੜਾ ਬਹੁਤ ਅੱਛਾ ਆ, ਤੁਸੀਂ ਜੁਆਇਨ ਕਰੋ ਬੈਚ, ਇਹ ਨੰਬਰ 'ਤੇ ਜਾ ਕੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰੋ। ਅਗਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬੈਚ ਜੁਆਇਨ ਕਰ ਸਕਦੇ ਹੋ, ਅਗਰ ਤੁਸੀਂ ਫ੍ਰੀ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਫ੍ਰੀ ਜੁਆਇਨ ਲਿਖ ਦੇਣਾ, ਠੀਕ ਆ, ਫ੍ਰੀ ਜੁਆਇਨ ਵਟਸਐਪ 'ਤੇ ਮੈਸੇਜ ਕਰ ਦੇਣਾ। ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਪੇਡ ਬੈਚ, ਤਾਂ ਪੇਡ ਲਿਖ ਕੇ ਜੁਆਇਨ ਲਿਖ ਦੇਣਾ, ਪੇਡ ਜੁਆਇਨ, ਠੀਕ ਹੈ, ਮੈਂ ਉਹਦੇ ਵਿੱਚ ਤੁਹਾਨੂੰ ਐਡ ਕਰ ਲਾਂਗਾ। ਸੋ ਉਮੀਦ ਕਰਦਾ ਕਿ ਜਿਹੜੀ ਔਨਲਾਈਨ ਬੈਚ ਆ, ਜਿਹੜੇ ਵੀ ਸਟੂਡੈਂਟ ਤਿਆਰੀ ਕਰਨਾ ਚਾਹੁੰਦੇ ਆ, ਸੋ ਉਹ ਜਲਦੀ ਹੀ ਇਹ ਬੈਚ ਨੂੰ ਜੁਆਇਨ ਕਰਨਗੇ। ਸੋ ਮਿਲਦੇ ਹਾਂ ਫਿਰ ਆਪਾਂ ਆਪਣੇ ਬੈਚ ਦੇ ਵਿੱਚ। ਸੋ ਇਨਫੋਰਮੇਸ਼ਨ ਸੀ ਮੇਰੀ ਦੇਣੀ ਸੀ, ਉਹ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਤੀ, ਔਰ ਤਿਆਰੀ ਸ਼ੁਰੂ ਕਰ ਦਿਓ ਬੇਟਾ, ਜ਼ਿਆਦਾ ਆਪਣੇ ਕੋਲ ਟਾਈਮ ਨਹੀਂ ਹੈਗਾ, ਟਾਈਮ ਪਹਿਲਾਂ ਹੀ ਆਪਣੇ ਕੋਲ ਘੱਟ ਹੁੰਦਾ ਜਦੋਂ ਪੇਪਰ ਚੱਲਦੇ ਨੇ। ਸੋ ਅਗਲੀ ਵੀਡੀਓ ਦੇ ਲਈ ਵਿੱਚ ਕੁਛ ਹੋਰ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰੂੰਗਾ। ਬਾਕੀ ਜਿਹੜੇ ਜੁਆਇਨ ਕਰਨਾ ਚਾਹੁੰਦੇ ਆ, ਅੱਜ ਹੀ ਆਪਣਾ ਬੈਚ ਜੁਆਇਨ ਕਰੋ, ਔਰ ਜਿੱਥੋਂ ਤੱਕ ਤੁਹਾਡੇ ਦੋਸਤ ਮਿੱਤਰ ਅੱਗੇ ਵੀ ਕੋਈ ਚਾਹੁੰਦਾ ਹੈ ਤਿਆਰੀ ਕਰਨਾ, ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਇਓ। ਫਿਰ ਮਿਲਦੇ ਹਾਂ ਆਪਾਂ ਬੈਚ ਦੀ ਕਲਾਸ ਦੇ ਵਿੱਚ।